ਦੋਸਤੋ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਬਰਸਾਤ ਦੇ ਪਾਣੀ ਦੇ ਕਰਕੇ ਹਾਲਾਤ ਚਿੰਤਾਜਨਕ ਬਣੇ ਹੋਏ ਨੇ ਜਿੱਥੇ ਕਿ ਹਿਮਾਚਲ ਤੋਂ ਪਾਣੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਪਿੰਡਾਂ ਨੂੰ ਡਬੋ ਰਿਹਾ ਹੈ ਉੱਥੇ ਇਸ ਮੌਕੇ ਹਿਮਾਚਲ ਦੇ ਵਿੱਚ ਵੀ ਹਾਲਾਤ ਕੁਝ ਬਹੁਤੇ ਚੰਗੇ ਨਹੀਂ ਹਨ ਜਿੱਥੇ ਕਿ ਹਿਮਾਚਲ ਦੇ ਵਿੱਚ ਬਹੁਤ ਸਾਰੇ ਪੰਜਾਬੀ ਫਸੇ ਹੋਏ ਨੇ ਜੋ ਕਿ ਗੁਰਦੁਆਰਾ ਸ੍ਰੀ ਮਨਿਕਰਨ ਸਾਹਿਬੇ ਕੇ ਦਰਸ਼ਨ ਕਰਨ ਦੇ ਲਈ ਗਏ ਸਨ ਤਾਂ ਉੱਥੇ ਹੀ ਇੱਥੋਂ ਵਾਪਸ ਜਾ ਰਹੇ ਜਾਂ ਇੱਥੋਂ ਜਾ ਰਹੇ ਕੁਝ ਲੋਕਾਂ ਦੇ ਵਿੱਚ ਵੀ ਅਜਿਹੀ ਅਜਾਇਜਿਕਤਾ ਦੇਖਣ ਨੂੰ ਮਿਲ ਰਹੀ ਹੈ ਕਿ ਉਹ ਕੀ ਤੁਹਾਨੂੰ ਵੀ ਹੈਰਾਨ ਕਰਕੇ ਰੱਖ ਦਵੇਗੀ ਦਰਸਲ ਮਨਾਲੀ ਰੋਡ ਤੇ ਇੱਕ ਨਦੀ ਦੇ ਪੁਲ ਦੇ ਕੋਲ ਜਿੱਥੋਂ ਕਿ ਨਦੀ ਦਾ ਪਾਣੀ ਸੜਕ ਦੇ ਥੱਲੋਂ ਕ੍ਰੋਸ ਹੋ ਰਿਹਾ ਸੀ ਉਸ ਜਗ੍ਹਾ ਤੇ ਆਪਣੀ ਕਾਰ ਰੋਕ ਕੇ ਪਾਣੀ ਦੇਖਣਾ ਇੱਕ ਪਰਿਵਾਰ ਨੂੰ ਬਹੁਤ ਜ਼ਿਆਦਾ ਮਹਿੰਗਾ ਪਿਆ ਕਿਉਂਕਿ ਏਸੇ ਦੌਰਾਨ ਉਹਨਾਂ ਦੀ ਗੱਡੀ ਜੋ ਕਿ ਉਹਨਾਂ ਨੇ ਉਸ ਜਗ੍ਹਾ ਤੇ ਖੜਾ ਕੇ ਦੇਖ ਰਹੇ ਸਨ ਸਮੇਤ ਇਹਨਾਂ ਲੋਕਾਂ ਦੇ ਉਸ ਸਮੇਂ ਸੜਕ ਨਦੀ ਦੇ ਵਿੱਚ ਧਸ ਗਈ ਅਤੇ ਦੇਖਦੇ ਹੀ ਦੇਖਦੇ ਸਾਰਾ ਪਰਿਵਾਰ ਇਸ ਪਾਣੀ ਦੇ ਵਿੱਚ ਵਹਿ ਗਿਆ ਜੋ ਕਿ ਦੋਸਤੋ ਆਪਣੇ ਆਪ ਦੇ ਵਿੱਚ ਜਿੱਥੇ ਇੱਕ ਦੁੱਖ ਦੀ ਗੱਲ ਹੈ ਉਥੇ ਇੱਕ ਵੱਡੀ ਚੇਤਾਵਨੀ ਵੀ ਹੈ ਕਿ ਇਸ ਮੌਕੇ ਆਪਣੀ ਜਾਨ ਨੂੰ ਬਚਾਉਣ ਦੇ ਲਈ ਕਰਾਂ ਤੋਂ ਜਿੰਨਾ ਤੱਕ ਹੋ ਸਕੇ ਬਾਹਰ ਨਿਕਲਣ ਤੋਂ ਗਰੇਜ ਕੀਤਾ ਜਾਵੇ ਉਥੇ ਦੋਸਤੋ ਕਈ ਇਲਾਕਿਆਂ ਦੇ ਵਿੱਚ ਹਾਲਾਂਕਿ ਪਾਣੀ ਘਟਣ ਦੇ ਕਰਕੇ ਹਾਲਾਤ ਪਹਿਲਾਂ ਨਾਲੋਂ ਕੁਝ ਕੁ ਬਿਹਤਰ ਹੋਏ ਨੇ ਪਰ ਕੁਝ ਕੁ ਇਲਾਕਿਆਂ ਦੇ ਵਿੱਚ ਹਾਲੇ ਵੀ ਹਿਮਾਚਲ ਤੋਂ ਛੱਡੇ ਜਾ ਰਹੇ ਪਾਣੀ ਦੇ ਕਰਕੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ ਇੱਥੋਂ ਤੱਕ ਕਿ ਡੰਗਰ ਬੱਚਿਆਂ ਦੇ ਲਈ ਵੀ ਕਾਫੀ ਜ਼ਿਆਦੇ ਖਾਣ ਦੇ ਲਈ ਪੱਠੇ ਲੈ ਕੇ ਆਉਣਾ ਮੁਸ਼ਕਲ ਹੋ ਰਿਹਾ ਜਿਸ ਕਰਕੇ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਨੇ ਜੋ ਕਿ ਇਨਸਾਨਾਂ ਦੇ ਨਾਲ-ਨਾਲ ਇਹਨਾਂ ਬੇਜਵਾਨ ਜਾਨਵਰਾਂ ਦੀ ਵੀ ਜੋ ਖਾਣ ਦੇ ਲਈ ਪੱਠੇ ਵਗੈਰਾ ਦਾ ਪ੍ਰਬੰਧ ਕਰ ਰਹੀ ਹੈ ਸੋ ਦੋਸਤੋ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਵੇਂ ਇਹ ਪਰਿਵਾਰ ਇਸ ਜਗ੍ਹਾ ਤੇ ਰੁੱਕ ਕੇ ਪਾਣੀ ਦੇ ਵਹਾਅ ਨੂੰ ਦੇਖਣ ਲੱਗਿਆ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਅਗਲੇ ਹੀ ਪਲ ਉਹਨਾਂ ਦੇ ਨਾਲ ਕੀ ਹੋਣ ਜਾ ਰਿਹਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਦੇਖਦੇ ਦੇਖਦੇ ਕਾਰ ਪਾਣੀ ਦੇ ਵਿੱਚ ਹੜ ਗਈ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ